ਸਤਿ ਸ਼੍ਰੀ ਅਕਾਲ ਦੋਸਤੋ ਸਾਡਾ ਟੀਵੀ ਯੂਐਸਏ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਅਹਿਮ ਖਬਰ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਜਿਵੇਂ ਕਿ ਸਵੇਰ ਤੋਂ ਖਬਰ ਆ ਰਹੀਆਂ ਨੇ ਕਿ ਐਸਆਰ ਦੇ ਵਿੱਚ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਕੀਤਾ ਗਿਆ ਸੋ ਕੀ ਹੈ ਪੂਰਾ ਮਾਮਲਾ ਤੁਹਾਨੂੰ ਅਸੀਂ ਰੂਬਰੂ ਕਰਾਉਣੇ ਆ ਕਿਸਾਨਾਂ ਤੇ ਲਾਠੀ ਚਾਰਜ ਕੀਤਾ ਗਿਆ ਜਦੋਂ ਹਰਿਆਣਾ ਨੇ ਆਪਣੇ ਕੋਵਿਡ ਬੰਦ ਦਾ ਇੱਕ ਹੋਰ ਹਫ਼ਤੇ ਚ ਵਾਅਦਾ ਕੀਤਾ ਅਥੇ ਤੌਰ ਤੇ ਅੱਜ ਹਰਿਆਣਾ ਪੁਲਿਸ ਵੱਲੋਂ ਲਾਠੀ ਚਾਰਜ ਕੀਤੀ ਜਾਣ ਤੇ ਕਈ ਕਿਸਾਨਾਂ ਨੂੰ ਜ਼ਖਮੀ ਹੋ ਗਏ ਜਦੋਂ ਕਿ ਮੁੱਖ ਮੰਤਰੀ ਮਨੋ ਲਾਲ ਖੱਟਰਨ ਦੇ ਇਕ ਸਮਾਗਮ ਵਿੱਚ ਰੋਸ਼ ਪ੍ਰਦਰਸ਼ਨ ਕਰ ਤੇ ਰਾਜ ਸਰਕਾਰ ਦੇ ਇੱਕ ਹੋਰ ਹਫ਼ਤੇ ਜਵਾਦਾ ਕਰਨ ਦੇ ਖਿਲਾਫ ਕਿਸਾਨਾਂ ਨੇ ਪ੍ਰਦਰਸ਼ਨ ਕੀਤਾ ਕਿਸਾਨ ਨੇਤਾਵਾਂ ਨੇ ਦੋਸ਼ ਲਾਇਆ ਕਿ ਪੁਲਿਸ ਨੇ ਵੀ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਸਨ ਅਤੇ ਕਈ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਨੇ ਉਹਨਾਂ ਕਿਸਾਨਾਂ ਨੂੰ ਖੰਡਾਉਣ ਲਈ ਅਥਰੂ ਗੈਸ ਦੀ ਵੀ ਵਰਤੋਂ ਕੀਤੀ ਤੇ ਪੁਲਿਸ ਦੁਆਰਾ ਲਗਾਏ ਗਏ ਬੈਰੀਗੇਡ ਜਿਹੜੇ ਕਿਸਾਨਾਂ ਨੇ ਹਟਾਏ ਸਨ ਇਸ ਘਟਨਾ ਦੇ ਬਾਅਦ ਲਗਭਗ 2 ਘੰਟਿਆਂ ਤੋਂ ਕਿਸਾਨ ਕਿਸਾਨਾਂ ਦੁਆਰਾ ਨੈਸ਼ਨਲ ਹਾਈਵੇ 9 ਨੂੰ ਕੁਝ ਹਿੱਸਿਆਂ ਵਿੱਚ ਜਾਮ ਕੀਤਾ ਗਿਆ ਤੇ ਖਬਰਾਂ ਇਹ ਵੀ ਸਾਹਮਣੇ ਆਈਆਂ ਕਿ ਗ੍ਰੈਂਡ ਟੈਂਕਰ ਰੋਡ ਨੂੰ ਸ਼ਾਮ 3 ਵਜੇ ਤੋਂ ਸ਼ਾਮ 7 ਵਜੇ ਤੱਕ ਜਾਮ ਕੀਤਾ ਗਿਆ ਇਸ ਘਟਨਾ ਦੀ ਸੁਣਵਾਈ ਤੋਂ ਬਾਅਦ ਹਿਸਾਰ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੰਡੂਣੀ ਨੇ ਕਿਹਾ ਕਿ ਜੇਕਰ ਸਾਰੇ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਤਾਂ ਪ੍ਰਦਰਸ਼ਨਕਾਰੀ ਹਰਿਆਣਾ ਦੇ ਥਾਣਿਆਂ ਦਾ ਕਿਰਾਵ ਕਰਨਗੇ ਬਾਦ ਵਿੱਚ ਪੁਲਿਸ ਭਾਰੀ ਪੁਲਿਸ ਦੀ ਮੌਜੂਦਗੀ ਵਿੱਚ ਰੋਸ਼ ਵਜੋਂ हिसार ਦੇ ਇੰਸਪੈਕਟਰ ਜਨਰਲ ਦੀ ਰਿਆਸ਼ ਕੋਲ ਬੈਠ ਗਏ ਮੈਂ ਸ਼੍ਰੀ ਖੱਟਰ ਨੂੰ ਪੁੱਛਣਾ ਚਾਹੁੰਦਾ ਸਮਾਗਮ ਦੀ ਵੀਡੀਓ ਨੂੰ ਦੇਖਦੇ ਆ ਇੱਥੇ 500 ਤੋਂ ਵੱਧ ਲੋਕ ਸ਼ਾਮਲ ਹੋਏ ਇਹ ਉਦਘਾਟਨ ਆਨਲਾਈਨ ਹੀ ਹੋ ਸਕਿਆ ਕੀ ਤੁਹਾਨੂੰ ਇੱਥੇ ਨਿੱਜੀ ਤੌਰ ਤੇ ਜਾਣਾ ਪਿਆ ਸ਼੍ਰੀ ਚੰਦੂੜੀ ਨੇ ਪੁੱਛਿਆ ਉਹ ਜਾਣ ਬੁੱਝ ਕੇ ਟਕਰਾਵ ਸਥਾਪਿਤ ਕਰ ਰਹੇ ਹਨ ਉਹ ਕੋਵਿਡ ਨੂੰ ਫੈਲਾ ਰਹੇ ਹਨ ਇਸ ਦੇ ਲਈ ਸਾਨੂੰ ਬਦਨਾਮ ਕਰ ਰਹੇ ਹਨ ਉਸਨੇ हिसार ਲਈ ਦਿੱਲੀ ਅਤੇ ਹਰਿਆਣਾ ਦਰਮਿਆਨ ਕੁੰਡਲੀ ਬਾਰਡਰ ਪੁਆਇੰਟ ਛੱਡਣ ਤੋਂ ਪਹਿਲਾਂ ਇਹ ਵੀਡੀਓ ਸੰਦੇਸ਼ ਜਾਰੀ ਕੀਤਾ ਪਿਛਲੇ ਕਈ ਮਹੀਨਿਆਂ ਤੋਂ ਹਜ਼ਾਰਾਂ ਕਿਸਾਨ ਪਿਛਲੇ ਸਾਲ ਪਾਸ ਕੀਤੇ ਗਏ ਕੇਂਦਰ ਸਰਕਾਰ ਦੇ ਤਨਖੇਤੀ ਬਾੜੀ ਕਾਨੂੰਨਾਂ ਖਿਲਾਫ ਵਿਰੋਧ ਕਰ ਰਹੇ ਹਨ ਉਹਨਾਂ ਨੇ ਦਿੱਲੀ ਦੀ ਸਰਹੱਦ ਦੇ ਨਾਲ ਕੁੰਡਲੀ ਵਰਗੇ ਵੱਖ-ਵੱਖ ਥਾਵਾਂ ਤੇ ਡੇਰਾ ਲਾਇਆ ਹੋਇਆ ਹੈ ਦੇਸ਼ ਵਿੱਚ ਚੱਲ ਰਹੀ ਕੋਵਿਡ ਸੰਕਟ ਦੇ باوجود ਵੀ ਪਿੱਛੇ ਹਟਣ ਤੋਂ ਇਨਕਾਰ ਕਰ ਰਹੇ ਹਨ ਹਰਿਆਣਾ ਪਿਛਲੇ 2 ਹਫ਼ਤਿਆਂ ਤੋਂ ਤਾਲਾਬੰਦੀ ਹੇਠ ਹੈ ਅਤੇ ਮਹਾਮਾਰੀ ਦੇ ਕਾਰਨ ਹੁਣ ਇਸ ਦੇ ਇੱਕ ਹੋਰ ਹਫ਼ਤੇ 24 ਮਈ ਤੱਕ ਵਾਦਾ ਦਿੱਤਾ ਗਿਆ ਹੈ ਮੁੱਖ ਮੰਤਰੀ ਖੱਟ ਰਾਜ ਇੱਕ हिसार ਦੇ ਵਿੱਚ ਕੋਵਿਡ 19 ਕੇਅਰ ਸੈਂਟਰ ਦਾ ਉਦਘਾਟਨ ਕਰਨ ਆਏ ਸਨ ਸ਼ਨੀਵਾਰ ਨੂੰ ਰਾਜ ਵਿੱਚ ਵਾਇਰਸ ਨਾਲ ਸੰਬੰਧਿਤ 144 ਮੌਤਾਂ ਅਤੇ 9676 ਤਾਜ਼ਾ ਮਾਮਲੇ ਸਾਹਮਣੇ ਆਏ ਜਿਸ ਦੇ ਨਾਲ ਇਸ ਦੀ ਲਾਗ ਗਿਣਤੀ 685312 ਹੋ ਗਈ ਰਾਜ ਵਿੱਚ ਹੁਣ ਤੱਕ 6546 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਕਿਸਾਨਾਂ ਖਿਲਾਫ लाਠੀ ਚਾਰ ਦੇ ਨਖੇਦੀ ਕਰਦਿਆਂ ਉੱਤਰ ਪ੍ਰਦੇਸ਼ ਦੇ ਸ਼ਾਭਕਾ ਮੁੱਖ ਮੰਤਰੀ ਅਕਲੇਸ਼ ਯਾਦਵ ਨੇ ਇਸ ਨੂੰ ਸ਼ਰਮਨਾ ਅਖਾਰ ਦੱਤਾ ਸ਼੍ਰੀ ਖੱਟਰ ਨੇ ਸ਼ਰਕਤ ਕਰਦਿਆਂ ਉਦਘਾਟਨ ਸਮਰੋਹ ਦਾ ਜ਼ਿਕਰ ਕਰ ਕਰਦਿਆਂ ਉਹਨਾਂ ਟਵੀਟ ਕੀਤਾ ਸੋਗ ਦੇ ਸਮੇਂ ਕੇਵਲ ਭਾਜਪਾ ਹੀ ਜਸ਼ਨਾਂ ਵਿੱਚ ਸ਼ਾਮਲ ਹੋ ਸਕਦੀ ਹੈ ਇੱਥੇ ਇਸ ਘਟਨਾ ਦੀ ਭਾਰਤ ਇਹ ਨਹੀਂ ਦੁਨੀਆ ਵਿੱਚ ਪ੍ਰਤੀਕਰਮ ਦੇਖਣ ਨੂੰ ਮਿਲਦਿਆ ਹੈ ਇਸ ਘਟਨਾ ਦੇ ਫੈਲਦੇ ਸਾਰੇ ਵੱਡੇ ਕਿਸਾਨ ਨੇ ਤਾਰਕੇਸ਼ ਟਕੈਤ ਅਮਨਿਉ ਕਹਾੜ ਯੁਧਵੀਰ ਸਿੰਘ हिसार ਪਹੁੰਚ ਰਹੇ ਹਨ ਉਥੇ ਹੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਟੱਕਰ ਸਰਕਾਰ ਅਤੇ ਭਾਜਪਾ ਨੂੰ ਗਾਲਾਂ ਸੁਣਨ ਨੂੰ ਮਿਲ ਰਹੀਆਂ ਹਨ ਸੋਸ਼ਲ ਮੀਡੀਆ ਤੇ ਇੰਗਲੈਂਡ ਸੇ ਤਹਰੀਆਣਾ ਸੀ ਸਮਾਜ ਸੇਵਿਕਾ ਸੰਗੀਤਾ ਨੇ ਸਰਕਾਰ ਨੂੰ ਕੇਰਿਆ ਹੈ ਉਥੇ ਹੀ ਪਿਛਲੇ ਜਾਟ ਰਖਵਾਕਾਰ ਅੰਦੋਲਨ ਵਿੱਚ ਮੁੱਖ ਭੂਮਿਕਾ ਨਿਭਾਉਣ ਵਾਲੇ ਮਨੋਤ ਸਿੰਘ ਦੂਹਣ ਨੂੰ ਹਰਿਆਣਾ ਦੇ ਲੋਕ ਖਾਸ ਕਰਕੇ ਜਾਟ ਨੂੰ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਸਿੱਖ ਧਰਮ 'ਚ ਆਉਣ ਦੀ ਅਪੀਲ ਕੀਤੀ ਹੈ ਉੱਥੇ ਅਮਰੀਕਾ ਵਿੱਚ ਰਹਿੰਦੇ ਰਾਜਸਥਾਨ ਦੇ ਵਾਸੀ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਇਸ ਮਸਲੇ ਉੱਤੇ ਉਹਨਾਂ ਲੋਕਾਂ ਦੇ ਨਿਸ਼ਾਨਾ ਲਾਇਆ ਜੋ ਇਸ ਇਸ ਮਸਲੇ ਤੇ ਇਜ਼ਰਾਈਲ ਤੇ ਵਿੱਚ ਤੱਕੇ ਸ਼ਾਹੀ ਦੀ ਗੱਲ ਕਰਦੇ ਹਨ ਅੱਜ ਭਾਰਤ ਅੰਦਰ ਵੀ ਇਜ਼ਰਾਈਲ ਅਤੇ ਫਿਲਿਸਤਾਨੀ ਸੰਘਰਸ਼ ਚੱਲ ਰਿਹਾ ਹੈ ਜਿਸ ਦਾ ਅੰਜਾਮ ਬਹੁਤ ਬੁਰਾ ਹੋਣ ਵਾਲਾ ਹੈ ਸੋ ਇਹ ਵੱਡੀ ਅਪਡੇਟ ਹੈ ਤੁਹਾਡੇ ਲਈ ਇਹੋ ਜੀ ਹੋਰ ਅਪਡੇਟ ਦੇ ਲਈ ਬਣੇ ਰਹੋ ਸਾਡਾ ਟੀਵੀ ਯੂਐਸਏ ਦੇ ਨਾਲ